ਦੋਸਤੋ ਜੇ ਤੁਸੀਂ 12ਵੀਂ ਕੰਪਲੀਟ ਕਰ ਲਿਆ ਤਾਂ ਇਹ ਬਿਲਕੁਲ ਰਾਈਟ ਟਾਈਮ ਹੈ ਆਪਣਾ ਜਿਹੜਾ ਕਰੀਅਰ ਹੈ ਉਹ ਚੂਜ਼ ਕਰਨ ਦਾ। ਦੋਸਤੋ ਜੇ ਤੁਸੀਂ ਪੰਜਾਬ ਪੁਲਿਸ ਵਿੱਚ DSP ਜੁਆਇਨ ਕਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਊਗੀ। ਜੇ ਵੀਡੀਓ ਬੈਨੀਫਿਸ਼ਲ ਲੱਗਦੀ ਹੈ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਤਾਂ ਦੋਸਤੋ ਪੰਜਾਬ ਪੁਲਿਸ ਵਿੱਚ DSP ਬਣਨ ਕੀ ਯੋਗਤਾ ਹੋਣੀ ਚਾਹੀਦੀ ਹੈ ਇਸ ਬਾਰੇ ਗੱਲ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਜੇ ਤੁਸੀਂ 10ਵੀਂ ਅਤੇ 12ਵੀਂ ਪੰਜਾਬੀ ਸਬਜੈਕਟ ਨਾਲ ਪਾਸ ਹੋਣੇ ਚਾਹੀਦੇ ਹੋ। ਜੇ ਤੁਸੀਂ ਇਹ 10ਵੀਂ ਅਤੇ 12ਵੀਂ ਕਰ ਲਈ ਹੈ, ਇਸ ਤੋਂ ਬਾਅਦ ਤੁਹਾਡੇ ਕੋਲ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਦੋਸਤੋ ਇਹ ਚਾਹੇ BA ਕੀਤੀ ਹੋਈ, ਤੁਸੀਂ BCOM ਕੀਤੀ ਹੈ ਜਾਂ BSc ਜਾਂ ਅਦਰ ਕੋਈ ਡਿਗਰੀ ਹਾਸਿਲ ਕੀਤੀ ਹੈ, ਇਸਦਾ ਕੋਈ ਫਰਕ ਨਹੀਂ ਪੈਂਦਾ ਇਸ ਪੋਸਟ ਵਿੱਚ। ਅਤੇ ਮਿਨੀਮਮ ਜਿਹੜੇ ਮਾਰਕਸ ਨੇ 50% ਨੰਬਰਾਂ ਨਾਲ, ਜੇ ਤੁਸੀਂ ਪਾਸ ਹੋ ਗ੍ਰੈਜੂਏਸ਼ਨ ਤੁਹਾਡੀ ਡਿਗਰੀ ਹੈ ਤਾਂ ਤੁਸੀਂ ਇਸ ਪੋਸਟ ਵਾਸਤੇ ਅਪਲਾਈ ਕਰ ਸਕਦੇ ਹੋ। ਅਤੇ ਦੋਸਤੋ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਹਾਊ ਟੂ ਅਪਲਾਈ ਫੋਰ DSP ਪੋਸਟ। ਦੋਸਤੋ PPSC ਦੁਆਰਾ ਹਰ ਸਾਲ ਮਾਰਚ ਵਿੱਚ ਇਹਨਾਂ ਪੋਸਟਾਂ ਦਾ ਐਲਾਨ ਕੀਤਾ ਜਾਂਦਾ ਹੈ। ਅਤੇ 2020 ਮਾਰਚ ਦੀ ਗੱਲ ਕਰੀਏ ਤਾਂ ਦੋਸਤੋ 26 ਪੋਸਟਾਂ DSP ਦੀ ਬਾਏ PCS ਐਗਜ਼ਾਮ ਦੁਆਰਾ ਅਨਾਊਂਸ ਕੀਤੀਆਂ ਗਈਆਂ ਸਨ, ਜਿਸ ਦਾ ਆਫੀਸ਼ੀਅਲ ਨੋਟੀਫਿਕੇਸ਼ਨ ਵੀ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂ। ਆਪਾਂ ਏਜ ਲਿਮਿਟ ਕੀ ਹੋਣੀ ਚਾਹੀਦੀ ਹੈ ਇਸ ਪੋਸਟ ਨੂੰ ਅਪਲਾਈ ਕਰਨ ਲਈ? ਦੋਸਤੋ ਨੋਰਮਲ ਜਿਹੜੀ ਏਜ ਲਿਮਿਟ ਹੈ 21 ਤੋਂ 37 ਸਾਲ ਦਾ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦਾ ਹੈ, ਬਟ ਜਿਹੜੀ 5 ਸਾਲਾਂ ਦੀ ਛੋਟ SC ਅਤੇ ST ਕੈਂਡੀਡੇਟ ਵਾਸਤੇ ਇਸ ਵਿੱਚ ਦਿੱਤੀ ਜਾਂਦੀ ਹੈ। ਪੋਸਟ ਆ ਜਾਂਦੀ ਹੈ ਅਤੇ ਆਪਾਂ ਅਪਲਾਈ ਕਰ ਦਿੰਦੇ ਹਾਂ ਤਾਂ ਮੈਂ ਤੁਹਾਨੂੰ ਸਿਲੈਕਸ਼ਨ ਦਾ ਪ੍ਰੋਸੈਸ ਦੱਸ ਦਿੰਦਾ, ਤੁਸੀਂ ਪੋਸਟ ਭਰਨ ਤੋਂ ਬਾਅਦ ਕੀ ਕਰਨਾ ਹੈ। ਦੋਸਤੋ ਸਭ ਤੋਂ ਪਹਿਲਾਂ ਪ੍ਰੋਸੈਸ ਹੈ ਇਗਜ਼ਾਮ ਦਾ। ਦੋਸਤੋ ਇਸ ਵਿੱਚ ਟੋਟਲ 3 ਇਗਜ਼ਾਮ ਮੰਨੇ ਜਾਂਦੇ ਨੇ ਕਿ 3 ਇਗਜ਼ਾਮ ਹੁੰਦੇ ਨੇ। ਅਤੇ ਪ੍ਰੀਲੀਅੰਸ ਇਗਜ਼ਾਮ ਹੁੰਦਾ ਫਸਟ, ਸਭ ਤੋਂ ਪਹਿਲਾਂ ਜੋ ਕੁਆਲੀਫਾਈ ਕਰਨਾ ਜ਼ਰੂਰੀ ਹੁੰਦਾ। ਉਸ ਤੋਂ ਬਾਅਦ ਮੇਨਸ ਇਗਜ਼ਾਮ ਹੁੰਦਾ ਜਦੋਂ ਆਪਾਂ ਪ੍ਰੀਲੀਅੰਸ ਇਗਜ਼ਾਮ ਕਲੀਅਰ ਕਰ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਇੰਟਰਵਿਊ ਹੁੰਦਾ। ਕਿਉਂਕਿ ਦੋਸਤੋ ਇਸਦੀ ਪੂਰੀ ਡਿਟੇਲ ਤੁਹਾਨੂੰ ਮੈਂ ਅਲੱਗ ਇੱਕ ਵੀਡੀਓ ਵਿੱਚ ਦੇ ਦਿਆਂਗਾ ਵੀ ਕੀ ਸਿਲੇਬਸ ਹੁੰਦਾ ਹੈ ਪ੍ਰੀਲੀਅੰਸ ਇਗਜ਼ਾਮ ਵਿੱਚ, ਕਿਹੜੇ ਕਿਹੜੇ ਟੋਪਿਕ ਅਤੇ ਕੁਐਸਚਨ ਆਉਂਦੇ ਨੇ, ਕਿਸ ਤਰ੍ਹਾਂ ਦੇ ਕੁਐਸਚਨ ਆਪਣੇ ਤੋਂ ਪੁੱਛੇ ਜਾਂਦੇ ਨੇ ਅਤੇ ਕੀ ਸਿਲੇਬਸ ਹੁੰਦਾ, ਪੂਰੀ ਡਿਟੇਲ ਤੁਹਾਨੂੰ ਅਲੱਗ ਵੀਡੀਓ ਵਿੱਚ ਪ੍ਰੋਵਾਈਡ ਕਰਵਾ ਦੇਗਾ। ਜੇ ਤੁਸੀਂ ਉਹ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਵੀਡੀਓ ਵਿੱਚ ਕਮੈਂਟ ਕਰੋ, ਮੈਂ ਨੈਕਸਟ ਜਿਹੜਾ ਇਸ ਵੀਡੀਓ ਦਾ ਪਾਰਟ ਹੈ ਉਸ ਰਿਲੇਟਡ ਬਣਾ ਲਿਆਂਗਾ। ਅਤੇ ਹੁਣ ਗੱਲ ਆਪਾਂ ਕਰ ਲੈਂਦੇ ਹਾਂ ਅਟੈਂਪਟਸ ਦੀ ਕਿ ਜਨਰਲ OBC ST ਕਿੰਨੀ ਵਾਰ ਇਹ ਇਗਜ਼ਾਮ ਦੇ ਸਕਦੇ ਨੇ। ਤਾਂ ਜਨਰਲ ਕੈਟੇਗਰੀ ਜਿਹੜੀ 6 ਵਾਰ ਇਗਜ਼ਾਮ ਦੇ ਸਕਦੀ ਹੈ, OBC ਦੀ 9 ਵਾਰ ਇਗਜ਼ਾਮ ਦੇ ਸਕਦੀ, ਇਸ ਤੋਂ ਬਾਅਦ ਇਹ ਇਗਜ਼ਾਮ ਨਹੀਂ ਦੇ ਸਕਦੇ। ਅਤੇ SC ਅਤੇ ST ਲਈ ਅਨਲਿਮਿਟਡ ਆਫਰ ਹੁੰਦਾ ਹੈ ਕਿ ਜਿੰਨਾ ਮਰਜ਼ੀ ਜਦੋਂ ਤੱਕ ਏਜ ਲਿਮਿਟ ਉਸਦੀ ਅੰਡਰ ਆਉਂਦੀ ਹੈ ਇਸ ਪੋਸਟ ਦੇ, ਉਹ ਇਹ ਇਗਜ਼ਾਮ ਦੇ ਸਕਦਾ। ਅਤੇ ਇਗਜ਼ਾਮ ਕੁਆਲੀਫਾਈ ਕਰਨ ਤੋਂ ਬਾਅਦ ਦੋਸਤੋ ਫਿਜ਼ੀਕਲ ਟੈਸਟ ਦੀ ਵਾਰੀ ਹੁੰਦੀ ਹੈ। ਅਤੇ ਮੇਲ ਲਈ ਜਿਹੜੀ 1600 ਮੀਟਰ ਰੇਸ 7 ਮਿੰਟ 30 ਸਕਿੰਟਾਂ ਵਿੱਚ ਆਪਾਂ ਨੂੰ ਇਹ ਕੱਢਣੀ ਹੁੰਦੀ ਹੈ। ਅਤੇ ਇਸ ਤੋਂ ਇਲਾਵਾ ਲੌਂਗ ਜੰਪ ਹੁੰਦੀ ਹੈ 3.60 ਮੀਟਰ ਦੀ, ਅਤੇ ਹਾਈ ਜੰਪ ਹੁੰਦੀ ਹੈ ਜਿਹੜੀ 1.15 ਮੀਟਰ ਦੀ ਹੈ, ਅਤੇ ਵਰਟੀਕਲ ਰੋਪ ਕਲਾਈਂਬ 2 ਮੀਟਰ ਦੀ ਆਪਾਂ ਨੂੰ ਕਲਾਈਂਬ ਕਰਨੀ ਪੈਂਦੀ ਹੈ। ਅਤੇ ਫੀਮੇਲ ਦੀ ਗੱਲ ਕਰੀਏ ਦੋਸਤੋ 800 ਮੀਟਰ ਦੀ ਰੇਸ ਹੁੰਦੀ ਹੈ, 4 ਮਿੰਟ 45 ਸੈਕਿੰਡ ਵਿੱਚ ਕੱਢਣੀ ਹੁੰਦੀ ਹੈ। ਅਤੇ ਲੌਂਗ ਜੰਪ ਨੂੰ ਜਿਹੜੀ ਹੁੰਦੀ ਹੈ 3 ਮੀਟਰ ਦੀ ਹੁੰਦੀ ਹੈ, ਅਤੇ ਹਾਈ ਜੰਪ 1 ਮੀਟਰ ਦੀ ਇਸ ਵਿੱਚ ਹੁੰਦੀ ਹੈ, ਅਤੇ ਜਿਹੜਾ ਸ਼ਟਲ 10 ਮੀਟਰ ਦਾ ਹੁੰਦਾ। ਦੋਸਤੋ ਇਹ 3-3 ਵਾਰ ਜਿਹੜਾ ਕਿ ਟਰਾਈ ਦਿੱਤਾ ਜਾਊਗਾ। ਜੇ ਤਿੰਨ ਟਰਾਈ ਵਿੱਚ 1 ਵਾਰ ਵੀ ਤੁਸੀਂ ਲੌਂਗ ਜੰਪ ਜਾਂ ਹਾਈ ਜੰਪ ਕਲੀਅਰ ਕਰ ਲੈਂਦੇ ਹੋ ਤਾਂ ਤੁਸੀਂ ਅੱਗੇ ਦੇ ਪੜਾਅ ਵਿੱਚ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਪਹੁੰਚ ਜਾਂਦੇ ਹੋ। ਅਤੇ ਜੇ 3 ਵਾਰ ਤੁਸੀਂ ਗਲਤ ਕਰ ਦਿੰਦੇ ਹੋ, ਲੌਂਗ ਜੰਪ ਤੁਹਾਡੇ ਤੋਂ ਕੰਪਲੀਟ ਨਹੀਂ ਹੁੰਦੀ ਜਾਂ ਹਾਈ ਜੰਪ ਤੁਹਾਡੇ ਤੋਂ ਕੰਪਲੀਟ ਨਹੀਂ ਹੁੰਦੀ ਤਾਂ ਤੁਸੀਂ ਡਿਸਕੁਆਲੀਫਾਈ ਹੋ ਜਾਂਦੇ ਹੋ। ਤਾਂ ਦੋਸਤੋ ਫਿਜ਼ੀਕਲ ਫਿਟਨੈਸ, ਫਿਜ਼ੀਕਲ ਸਟੈਂਡਰਡ ਕੀ ਮੰਗਦੇ ਨੇ DSP ਦੀ ਪੋਸਟ ਵਾਸਤੇ? ਦੋਸਤੋ ਜੇ ਮੇਲ ਹੈ ਕੋਈ ਆਦਮੀ ਪੋਸਟ ਨੂੰ ਫਿਲ ਕਰ ਰਿਹਾ ਤਾਂ ਉਸਦੀ ਹਾਈਟ ਜਿਹੜੀ 5 ਫੁੱਟ 7 ਇੰਚ ਹੋਣੀ ਚਾਹੀਦੀ ਹੈ, ਅਤੇ ਚੈਸਟ ਜਿਹੜੀ ਨੋਰਮਲ ਹੈ ਬਿਨਾਂ ਫੁਲਾਏ 33 ਇੰਚ ਹੋਣੀ ਚਾਹੀਦੀ ਹੈ, ਅਤੇ ਫੁਲਾ ਕੇ 1.5 ਇੰਚ ਬਣਨੀ ਚਾਹੀਦੀ ਹੈ। ਕਿਉਂਕਿ ਦੋਸਤੋ ਅਤੇ ਫੀਮੇਲ ਦੀ ਗੱਲ ਕਰੀਏ ਦੋਸਤੋ, ਹਾਈਟ ਮੰਗੀ ਹੋਈ ਹੈ ਸਿਰਫ 5 ਫੁੱਟ 3 ਇੰਚ ਅਗਰ ਫੀਮੇਲ ਲੜਕੀ ਦੀ ਹਾਈਟ ਹੈ ਤਾਂ ਉਹ ਇਸ ਪੋਸਟ ਵਾਸਤੇ ਅਪਲਾਈ ਕਰ ਸਕਦੀ ਹੈ। ਦੋਸਤੋ ਇੰਨੀ ਜੀ ਵੀਡੀਓ ਸੀ, ਜੇ ਵੀਡੀਓ ਬੈਨੀਫਿਸ਼ਲ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਜੇ ਕੋਈ ਸਵਾਲ ਹੈ ਤੁਹਾਡੇ ਇਸ ਰਿਲੇਟਡ ਤਾਂ ਵੀਡੀਓ ਵਿੱਚ ਕਮੈਂਟ ਕਰੋ, ਮੈਂ ਨੈਕਸਟ ਜਿਹੜੀ ਪਾਰਟ ਆ ਉਹ ਵੀਡੀਓ ਦਾ ਤੁਹਾਡੇ ਸਵਾਲ ਦੇ ਰਿਲੇਟਡ ਬਣਾ ਦੇਗਾ। ਓਕੇ ਦੋਸਤੋ।